ਸਤੋ ਕੀ ਆਚਾਰੇ ਤੁਸੀਂ ਵੇਖਦੇ ਪੈਰ ਵਾਲਾ ਐਨੀਮਲ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨੀਮ ਸਭ ਤੋਂ ਪਹਿਲਾਂ ਆਪਣੇ ਚੈਨਲ ਕੋ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਕੋ ਪ੍ਰੈਸ ਤਾਂ ਕਿ ਸਾਡੀ ਲੇਟੈਸਟ ਤੋਂ ਲੇਟੈਸਟ ਵੀਡੀਓ ਪਹੁੰਚੇ ਸਾਡੇ ਵੀਰਾਂ ਤੱਕ ਬਾਸਾਨੀ ਅਸੀਂ ਉਮੀਦ ਕਰਦੇ ਸਾਡੇ ਸਾਰੇ ਵੀਰ ਭਰਾ ਖੈਰੀਅਤ ਨਾਲ ਹੋਣਗੇ ਭਰਾਵਾਂ ਦੀ ਖਿਦਮਤ ਦੇ ਵਿੱਚ ਅੱਜ ਫਿਰ ਦੋ ਪਹਿਲਣਾਂ ਝੋਟੀਆਂ ਲੈ ਕੇ ਆਂਦੀਆਂ ਨੇ ਕੈਮਰਾਮੈਨ ਸਾਹਿਬ ਕਰਾਉਂਦੇ ਨੇ ਤਸੱਲੀਆਂ ਇਹ ਪਹਿਲੇ ਦੋ ਝੋਟੀਆਂ ਦੀ ਪਾਈਸੋ ਇਮਤੀਆਜ਼ ਭਾਈ ਨੇ ਸਾਡੇ ਬਿੰਡੀ ਪੱਟੀਆਂ ਤੋਂ ਉਹਨਾਂ ਨੇ ਸਾਡੇ ਕੋ ਖਰੀਦੀਆਂ ਨੇ ਕਿ ਇਹਦੇ ਚੋਂ ਇੱਕ ਝੋਟੀ ਸ ਉਦੋਂ ਬਾਅਦ ਮਾਲਕਾਂ ਨਾਲ ਗੱਲਾਂ ਕਰਨੇ ਕੀ ਮੁਹਬਤਾਂ ਲੈ ਮੁੱਲ ਨੇ ਕਿੰਨੇ ਚ ਵੀਰਾਂ ਭਰਾਵਾਂ ਨੂੰ ਦੇਣੀ ਇਹ ਉਹਨਾਂ ਕੋ ਪੁੱਛਾਂਗੇ ਵੀਡੀਓ ਪਸੰਦ ਆਵੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਅੱਲਾ ਦੇ ਖਾਸ ਫਜ਼ਲ ਨਾਲ ਮੌਲ ਤੇ ਹਸੀਨ ਜਾਨਵਰ ਹਮੇਸ਼ਾ ਹਰ ਵਾਲ ਐਨੀਮਲ ਟੀਵੀ ਦੀ زینت ਰਹੇ ਇਹ ਛੋਟੀ ਸੂਈ ਜੀ ਭਾਈ ਸੋਵਣ ਵਾਲੀ ਤਿਆਰ ਹੈ ਜੀ ਇਹ ਸੋਣ ਵਾਲੀ ਹੈ ਜੀ ਜਾਨਵਰ ਨੰਬਰ 1 ਹੈ ਜੀ ਪਹਿਲੇ ਜਾਨਵਰ ਨੰਬਰ 1 ਦੀ ਤਸੱਲੀ ਕਰ ਲਓ ਉਸ ਤੋਂ ਬਾਅਦ ਜਾਨਵਰ ਨੰਬਰ 2 ਦੀ ਤਸੱਲੀ ਕਰ ਲਓ ਦੋਵਾਂ ਜਾਨਵਰਾਂ ਦੀ ਛੋਟੀ ਛੋਟੀ ਸਿੰਗੀ ਹੈ ਕਾਲੀਆਂ ਸ਼ਾਹ ਆਖਾਂ ਨੇ ਮਾਸ਼ਾਅੱਲਾ ਮੁੰਦਰੀ ਦੇ ਨਾਗ ਵਰਗੇ ਦੋਵੇਂ ਝੋਟੀਆਂ ਨੇ ਤਸੱਲੀ ਅਸੀਂ ਕਰਾ ਦਿੰਨੇ ਹਾਂ ਪਸੰਦ ਵੀਰਾਂ ਭਰਾਵਾਂ ਨੇ ਆਪ ਕਰਨੀ ਜੀ ਅੱਲਾ ਦੇ ਖਾਸ ਫਜ਼ਲ ਨਾਲ ਜਿਹੜੀ ਵੀ ਚੀਜ਼ ਲੈ ਕੇ ਆਈ ਦੀ ਭਰਾਵਾਂ ਵਾਸਤੇ ਅਨਮੋਲ ਲੈ ਕੇ ਆਈ ਦੀ ਤਾਂ ਕਿ ਸਾਡੇ ਵੀਰ ਭਰਾ ਅਨਮੋਲ ਤੇ ਹਸੀਨ ਜਾਨਵਰ ਖਰੀਦੇ ਰਹਿਣ ਅਨਮੋਲ ਤੇ ਹਸੀਨ ਜਾਨਵਰ ਹਮੇਸ਼ਾ ਅਰਵ ਵਾਲਾ ਐਨੀਮਲ ਟੀਵੀ ਦੀ زینت ਰਹੇ ਨੇ ਭਰਾਵਾਂ ਦੀ ਖidmat ਦੇ ਵਿੱਚ ਤੁਹਾਡਾ ਭਰਾ ਹਮੇਸ਼ਾ ਅਨਮੋਲ ਤੇ ਹਸੀਨ ਜਾਨਵਰ ਲੈ ਕੇ ਆਉਂਦਾ ਹੈ ਤਾਂ ਕਿ ਸਾਡੇ ਵੀਰ ਭਰਾ ਅਨਮੋਲ ਤੇ ਹਸੀਨ ਜਾਨਵਰ ਖਰੀਦੇ ਰਣ ਸਾਡੀ ਲੋਕੇਸ਼ਨ ਹੈ ਜੀ ਤਸਵੀਲ ਅਰਵ ਵਾਲਾ ਜ਼ਿਲ੍ਹਾ ਪਾਕਪਤਨ ਸ਼ਰੀਫ ਜੀ ਖੁੱਡੇ ਪੁੱਠੇ ਹਰ ਚੀਜ਼ ਸੋਣੀ ਹੈ ਆਰ ਸੋਨੇ ਨੇ ਤਸੱਲੀ ਅਸੀਂ ਕਰਾ ਦਿੰਨੇ ਆਂ ਇਨਸ਼ਾਅੱਲਾ ਜਿਹੜੀ ਵੀ ਚੀਜ਼ ਵਿਖਾਵਾਂਗੇ ਕੈਮਰੇ ਦੀ ਅੱਖ ਨਾਲ ਉਹ ਵੀ ਭਰਾਵਾਂ ਨੂੰ ਦਿਆਂਗੇ ਨਹੀਂ ਵੀ ਕੈਮਰੇ ਦੀ ਅੱਖ 'ਚ ਵਖਾਇਆ ਕੁਝ ਹੋਰ ਤੇ ਦਿੱਤਾ ਕੁਝ ਹੋਰ ਜਿਹੜੀ ਚੀਜ਼ ਵਿਖਾਵਾਂਗੇ ਉਹੀ ਭਰਾਵਾਂ ਨੂੰ ਨੀਲੀ ਦੇ ਅਨਮ ਛੋਟੀਆਂ ਛੋਟੀਆਂ ਸਿੰਗੀ ਹੱਥ ਰੱਖਿਆ ਸਿੰਘ ਲੁਕਦਾ ਕੈਮਰਾਮੈਨ ਸਾਹਿਬ ਨੇ ਕਰਾ ਦੇਣੀਆਂ ਤਸਲੀਆਂ ਅਗਾ ਪਸੰਦ ਆਪ ਮੀਰਾ ਭਰਾਵਾਂ ਨੇ ਕਰਨੀ ਇਹ ਬਹੁਤ ਕੱਢੇਗੀ ਇਹ ਜੀ ਛੋਟੀ ਸੂਣ ਵਾਲੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਮਾਲਕਾਂ ਕੋ ਪੁੱਛ ਲੈਣੇ ਆ ਜੀ ਆਪਾਂ ਇਹ ਉਹਨਾਂ ਕੋਲ ਗੱਲਾਂ ਬਾਤਾਂ ਕਰਾਣੇ ਆ ਸਾਰੀਆਂ ਦੋਵੇਂ ਝੁੱਟੀਆਂ ਪਹਿਲਣਾ ਨੇ ਜੀ ਪਹਿਲਾ ਪਹਿਲਾ ਸੂਵ ਸੁਣਾ ਹੈ ਜੀ ਇਹਨਾਂ ਨੇ ਇੱਕ ਸੁਈ ਹੋਈ ਇੱਕ ਸੂਣ ਵਾਲੀ ਜੀ ਸਤਿ ਸ਼੍ਰੀ ਅਕਾਲ ਜੀ ਪਾਜੀ ਵਾਅਲਕੁਮ ਸਲਾਮ ਕੀ ਹਾਲ ਹੈ ਜੀ ਅੱਲਾਹ ਦਾ ਸ਼ੁਕਰ ਬੀਅਸੇ ਠੀਕ ਹੈ ਤੀਨਾ ਮੇ ਜੀ ਆਪਣਾ ਮਰਾ ਦਾ ਜੀ ਫਿਆਜ਼ ਹੈ ਫਿਆਜ਼ ਸਾਹਿਬ ਝੋਟੀ ਨੰਬਰ 1 ਵਖਾਈ ਹੈ ਜੀ ਇਹ ਕਿੰਵੇਂ ਸੂਵੇ ਜੀ ਇਹ ਪਹਿਲਣਾ ਜੀ ਠੀਕ ਹੋ ਗਿਆ ਕਿੰਨੇ ਦਿਨ ਲੈਂਦੀ ਸੂਵਨ ਚ ਇਹ ਪਵਾਂ ਰਤੀ ਸੁਬਹ ਵੇ ਰੱਬ ਦੇ ਕਮਨਾ ਕੀ ਪਤਾ ਹੈ ਇਹ ਤਿਆਰ ਇਹ ਦੋ ਦੋ ਦਿਨ ਲੱਗਿਆ ਰਤੀ ਸੁਬਹ ਵੇ ਕੀ ਪੜਾ ਠੀਕ ਹੋ ਗਿਆ ਤੇ ਇਹਦਾ ਕੀ ਮੁੱਲ ਹੈ ਜੀ ਜਿਹੜੇ ਕੋ ਰੁਪਈਏ ਲੈਣੇ ਨੇ ਇਹਦਾ ਪਾਜੀ 2 ਲੱਖ 35 ਹਜ਼ਾਰ ਲੈਣਾ ਆਪਾਂ ਆਪਾਂ ਲਾ ਕੱਟ ਲਈ ਨਾ ਵਾਦ ਲਈਏ ਗੰਜੈਸ਼ ਗੰਜੈਸ ਕੋਈ ਇਹ ਵੀ ਦੋ ਚਾਹੇ ਰੱਖੀ ਆ ਪਰ ਦੋ ਤੀਰ ਗਾ ਨਹੀਂ ਦੇਣੀ ਦੋ ਤੀ ਤਾਂ ਘੱਟ ਨਹੀਂ ਦੇਣੀ ਠੀਕ ਹੋ ਗਿਆ ਜੀ ਜਾਨਵਰ ਨੰਬਰ 2 ਦੀ ਤਸੱਲੀ ਕਰਾਓ ਜੀ ਜਾਨਵਰ ਨੰਬਰ 1 ਦੀ ਡਿਮਾਂਡ ਹੈ ਜੀ ਦੋ ਇੱਕ ਦਿਨ ਉਹਨੇ ਹਜੇ ਇੱਕ ਦਿਨ ਲੈ ਜਾਵੇ ਸੂਵਨ ਚ ਅੱਜ ਸੂਪਵੇ ਕੱਲ ਸੂਪਵੇ ਇਹਦਾ ਕੋ ਅੱਲਾ ਦੇ ਕਮਾਂ ਦਾ ਕੋਈ ਪਤਾ ਨਹੀਂ ਇਹ ਜੀ ਜਾਨਵਰ ਨੰਬਰ 2 ਹੈ ਇਹ ਝੂਟੀ ਸੂਈ ਹੋਈ ਹੈ ਜੀ ਪਰਾਂ ਟੋਰੋ ਜੀ ਭਾਜੀ ਟੋਰੋ ਉਹ ਸੁਈ ਇਹ ਛੁੱਟੀ ਸੁਈ ਹੋਈ ਹੈ ਜੀ ਕੱਲ ਰਾਤ ਸੂਈ ਹੈ ਰਾਤੀ ਸੂਈ ਹੈ ਜੀ ਇਹ ਮਾਲਕਾਂ ਨਾਲ ਨਹੀਂ ਗੱਲਾਂ ਕਰਾ ਦੇਣਾ ਭਾਈ ਜੀ ਇਹ ਕਿੰਵੇਂ ਸੂਈ ਹੈ ਜੀ ਇਹ ਪਹਿਲੇ ਨੇ ਜੀ ਪਹਿਲੇ ਇਹ ਵੀ ਪਹਿਲੇ ਨੇ ਹਾਂਜੀ ਠੀਕ ਹੋ ਗਿਆ ਜੀ ਕਿਦੋਂ ਸੂਈ ਹੈ ਜੀ ਇਹ ਕੱਲ ਰਾਤ ਸੂਈ ਹੈ ਰਾਤ ਸੂਈ ਹੈ ਜੀ ਕਿੰਨਾ ਬੋਲਾ ਚੋਇਆ ਜੀ ਇਹਦਾ ਬੋਲਾ ਚੋਇਆ ਜੀ ਮੈਂ ਤਾਂ ਚਾਰ ਕਿਸਰ ਟਾਈਮ ਦਾ ਵੇ ਤੂੰ ਝੂਠ ਮਾਰੀ ਜਾਵਾ ਅੱਛਾ ਜੀ ਹਾਂਜੀ ਠੀਕ ਹੋ ਗਿਆ ਇਹਦਾ ਕੀ ਡਿਮਾਂਡ ਹੈ 21 ਰੁਪਏ ਨੇ ਜਿਹੜੇ ਕੋ ਲੈਣੇ ਨੇ ਇਹਦਾ ਜੀ 2 ਲੱਖ 65 ਲੈਣਾ ਆਪਾਂ 2 ਲੱਖ 65 ਚ ਗੁੰਜਾਇਸ਼ ਗੁੰਜਾਇਸ਼ ਰੱਖੀ ਸੀ 5000 ਦੀ 2 ਲੱਖ 6000 2 ਲੱਖ 35000 ਗੁੰਜਾਇਸ਼ ਪੰਜ ਦੀ ਦੋ ਸਾਢੇ ਦੀ ਜੜੀ ਠੀਕ ਹੋ ਗਿਆ ਇਹਨਾਂ ਦੇ ਇਹਦੇ ਥਾਂ 'ਚ ਕੋਈ ਛੱਟਾ ਫੁਆਰ ਕੋਈ ਗੰਡ ਮਰੋੜੀ ਹੋ ਤੇਰੀ ਹੈ ਉਹ ਆਪਣੀ ਹੋਵੇਗੀ ਠੀਕ ਹੋ ਗਿਆ ਜੀ ਦੋਵਾਂ ਜਾਨਵਰਾਂ ਦੀ ਕੈਮਰਾਮੈਨ ਸਾਹਿਬ ਨੇ ਤਸੱਲੀ ਕਰਾ ਦਿੱਤੀ ਹੈਗੀ ਇਨਸ਼ਾਅੱਲਾ ਜਿਹੜਾ ਵੀ ਜਾਨਵਰ ਲਿਆਵਾਂਗੇ ਭਰਾਵਾਂ ਲਈ ਅਨਮੋਲ ਲਿਆਵਾਂਗੇ ਕੈਮਰਾਮੈਨ ਸਾਹਿਬ ਜਾਨਵਰ ਨੰਬਰ 1 ਤੇ ਜੋ ਦੋਹਾਂ ਦੀ ਦੋਹਾਂ ਦੀ ਤਸੱਲੀ ਕਰਾਓ ਜੀ ਹਾਂ ਜੀ ਜਾਨਵਰ ਨੰਬਰ 1 ਇਹ ਹੈ ਜਾਨਵਰ ਨੰਬਰ 2 ਇਹ ਦੋਵਾਂ ਜਾਨਵਰਾਂ ਦੀ ਤਸल्ली ਕਰਾ ਦਿੱਤੀ ਜਾਨਵਰ ਨੰਬਰ 1 ਦੀ ਡਿਮਾਂਡ ਹੈਗੀ ਹੈ ਜੀ 2 ਲੱਖ 30 35000 ਰੁਪਿਆ ਲੇਕਿਨ ਉਹ ਕਹਿੰਦੇ 2 ਲੱਖ 30 ਹੀ ਦੇਵਾਂਗੇ ਜਿਹੜਾ ਜਾਨਵਰ ਨੰਬਰ 2 ਹੈ ਉਹਦੀ ਡਿਮਾਂਡ ਹੈ 2 ਲੱਖ 65000 ਰੁਪਿਆ ਤੇ 2 ਲੱਖ 60000 ਚ ਮਿਲੇਗੀ ਜਿਸ ਵੀਰ ਭਰਾ ਸਾਡੀ ਵੀਡੀਓ ਪਸੰਦ ਆਈ ਹੋਵੇ ਜਾਨਵਰ ਖਰੀਦਣਾ ਚਾਹੁੰਦਾ ਹੋਵੇ ਸਾਡਾ ਰਾਪਤਾ ਨੰਬਰ ਤੇ WhatsApp ਨੰਬਰ ਹੈ 0300 2790 673 0300 2790 673 ਇਸ ਨੰਬਰ ਤੇ WhatsApp ਬਣੀ ਹੋਈ ਹੈ ਅਸੀਂ ਉਮੀਦ ਕਰਦੇ ਹਾਂ ਸਾਡੇ ਵੀਰਾਂ ਸ਼ੇਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪੁਲੈਕੋਰਸ ਦੇ ਨਾਲ ਹੀ ਆਦੇ ਮੇਜ਼ਬਾਨ ਮੁਹੰਮਦ ਨੀਮ ਨੂੰ ਤੇ ਇਜਾਜ਼ਤ ਪਾਕਿਸਤਾਨ ਜ਼ਿੰਦਾਬਾਦ ਪਾਕ army ਪੈਂਦਾ ਬਾਦ